ਮਹੀਆਂ ਵਾਲਾ ਪਿੰਡ ਤੇ ਮੇਰੇ ਵੀਰੋ ਭੈਣੋ ਤੇ ਬਜ਼ੁਰਗੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਰਦਾਰ ਸੁਖਦੇਵ ਸਿੰਘ ਮਹੀਆਂ ਵਾਲੇ ਤੇ ਸਰਦਾਰ ਸੁਖਵਿੰਦਰ ਸਿੰਘ ਸਰਕਲ ਇੰਚਾਰਜ ਇੱਥੋਂ ਦੇ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮਿਹਨਤ ਕਰਕੇ ਸਾਨੂੰ ਇਹ ਸਾਰੇ ਇੰਤਜ਼ਾਮ ਕਰਕੇ ਦਿੱਤਾ ਬਾਕੀ ਉਸ ਤੋਂ ਬਾਅਦ ਮੈਂ ਇਸ ਗੱਲ ਦੀ ਖੁਸ਼ੀ ਪ੍ਰਗਟ ਕਰਦੀ ਹਾਂ ਕਿ ਇਸ ਵਾਰੀ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਤੇ ਪੰਥਕ ਸਾਂਝ ਬਣੀ ਹੈ ਇਹ ਉਂਝ ਤਾਂ ਸਾਡੀ ਇਹ ਸਾਂਝ ਬੇਸਿਕ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕੋ ਇੱਕ ਇਹੋ ਜਿਹਾ ਸਿਧਾਂਤ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਜੋਤ ਮੰਨ ਕੇ ਤੇ ਨਾ ਤਾਂ ਕਿਸੇ ਬੰਦੇ ਵਿੱਚ ਫਰਕ ਰੱਖਿਆ ਨਾ ਕਿਸੇ ਜਾਤ ਵਿੱਚ ਤੇ ਨਾ ਔਰਤ ਤੇ ਆਦਮੀ 'ਚ ਫਰਕ ਰੱਖਿਆ ਔਰਤਾਂ ਨੂੰ ਪਹਿਲਾਂ ਕਿਹਾ ਜਾਂਦਾ ਸੀ ਜੀ ਇਹ ਪੈਰ ਦੀ ਜੁੱਤੀ ਹੈ ਇਹ ਅਸ਼ੁੱਧ ਹੈ ਇਹ ਅਪਵਿੱਤਰ ਹੈ ਕਿਉਂਕਿ ਇਹਨਾਂ ਨੂੰ ਮਾਂਵਰੀ ਆਉਂਦੀ ਹੈ ਇਹ ਗੰਦੀਆਂ ਇਹ ਮੰਦਰਾਂ 'ਚ ਨਹੀਂ ਜਾ ਸਕਦੀਆਂ ਉੱਥੇ ਨਹੀਂ ਜਾ ਸਕਦੀਆਂ ਇਵੇਂ ਹੀ ਸ਼ੂਦਰਾਂ ਨੂੰ ਕਿਹਾ ਜਾਂਦਾ ਸੀ ਵੀ ਜੀ ਇਹ ਪੈਰਾਂ ਤੋਂ ਜੰਮੇ ਹੈ ਤਾਂ ਨੀਵੇਂ ਹੈ ਤੇ ਬਾਹਮਣ ਹੈ ਜਿਹੜੇ ਉਹ ਸਿਰ ਤੋਂ ਪੈਦਾ ਹੋਏ ਹੈ ਤੇ ਉਹ ਉੱਚੇ ਹੈ ਤਾਂ ਉਸ ਕਰਕੇ ਲੋਕਾਂ ਦੇ ਮਨ 'ਚ ਇੱਕ ਮਾਨਸਿਕ ਗੁਲਾਮੀ ਭਰਤੀ ਸੀ ਔਰਤਾਂ ਆਪਦੇ ਆਪ ਨੂੰ ਹੀ ਹੀਣਾ ਮੰਨਣ ਲੱਗੀਆਂ ਸੀ ਜਿਹੜੇ ਦਲਿਤ ਆ ਉਹ ਆਪਦੇ ਆਪ ਨੂੰ ਹੀ ਹੀਣਾ ਮੰਨਣ ਲੱਗੇ ਸੀ ਉਹ ਜਿਹੜੀ ਹੀਨਤਾ ਪੈਦਾ ਹੋਈ ਉਸ ਹੀਨਤਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿਰਸੇ ਨੇ ਦੂਰ ਕੀਤਾ ਇਹ ਕਹਿ ਕੇ ਕਿ ਇੱਕੋ ਜੋਤ ਹੈ ਸਾਡੇ ਸਭ ਵਿੱਚੋਂ ਹੈ ਤੇ ਜੇ ਸਾਰਿਆਂ ਵਿੱਚੋਂ ਜੋਤ ਹੈ ਤਾਂ ਕੋਈ ਉੱਚਾ ਤੇ ਨੀਵਾਂ ਕਿਵੇਂ ਹੋ ਸਕਦਾ ਕੋਈ ਵੱਡਾ ਤੇ ਛੋਟਾ ਕਿਵੇਂ ਹੋ ਸਕਦਾ ਹੁਣ ਇਹ ਜਿਹੜਾ ਪਾੜਾ ਪਾਉਣ ਵਾਲੀ ਰਾਜਨੀਤੀ ਹੈ ਇੱਥੇ ਲੋਕ ਆਮ ਕਹਿ ਦਿੰਦੇ ਜੀ ਅੰਗਰੇਜ਼ ਲਿਆਏ ਸੀ ਨਹੀਂ ਬਾਈ